ਪੰਜਾਬ ਵਿੱਚ ਨਸ਼ੇ ਕਾਰਨ ਕਈ ਪਰਿਵਾਰ ਉਜੜ ਗਏ ਪਰ ਨਸ਼ੇ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਇਸੇ ਦੇ ਚੱਲਦੇ ਜਲੰਧਰ ਦੇ ਭਾਰਗਵ ਕੈਂਪ ਦੇ ਇਲਾਕੇ ਦੇ ਇੱਕ ਖਾਲੀ ਪਲਾਟ ਵਿੱਚ ਕਈ ਦਿਨਾਂ ਤੋਂ ਇੱਕ ਨੌਜਵਾਨ ਦੀ ਲਾਸ਼ ਪਈ ਰਹੀ ਅਤੇ ਲੋਕਾਂ ਨੂੰ ਉਸਦਾ ਪਤਾ ਤਦ ਲੱਗਾ ਜਦੋਂ ਲਾਸ਼ ਗਲਣ ਲੱਗ ਗਈ ਅਤੇ ਬਦਬੂ ਆਉਣ ਲੱਗ ਪਈ, ਜਿਸ ਦੇ ਬਾਅਦ ਫੌਰਨ ਪੁਲਿਸ ਨੂੰ ਸੂਚਿਤ ਕੀਤਾ ਗਿਆ। ਛਾਣਬੀਨ ਕਰਨ ਤੇ ਪੁਲਿਸ ਨੂੰ ਪਤਾ ਲੱਗਾ ਕਿ ਇਹ ਨੌਜਵਾਨ ਇਸੇ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਇਸ ਲੜਕੇ ਦੇ ਛੋਟੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਸੀ ਅਤੇ ਹੁਣ ਇਸ ਦੀ ਮੌਤ ਦਾ ਕਾਰਨ ਵੀ ਨਸ਼ਾ ਹੀ ਬਣਿਆ। ਅੱਧਾ ਘੰਟਾ ਪਹਿਲਾਂ ਹੀ ਫੋਨ ਆਇਆ ਇੱਥੋਂ ਭਾਰਤ ਕੈਂਪ ਵਿੱਚੋਂ ਕਿ ਜਿੱਥੇ ਪੁਰਾਣੀ ਚੌਂਕੀ ਸੀ ਭਾਰਤ ਕੈਂਪ ਦੀ, ਉੱਥੇ ਕੋਈ ਨਾ ਲੱਗਦਾ ਵੀ ਕੋਈ ਉੱਥੇ ਕੋਈ ਬੰਦਾ ਡਿੱਗਾ ਪਿਆ ਹੈ, ਉਹਨੂੰ ਲੱਗਦਾ ਸਮੈਲ ਆ ਰਹੀ ਹੈ ਵੀ ਜਿਵੇਂ ਕਿਸੇ ਦੀ ਮੌਤ ਹੋ ਚੁੱਕੀ ਹੈ। ਉਸੇ ਵੇਲੇ ਮੈਂ SHO ਸਾਹਿਬ ਨੂੰ ਫੋਨ ਕੀਤਾ ਅਤੇ SHO ਸਾਹਿਬ ਉਹਨਾਂ ਨੇ ਆਪਣੀ ਟੀਮ ਲੈ ਕੇ ਇੱਥੇ ਆ ਗਏ ਨੇ, ਮੈਂ ਵੀ ਇੱਥੇ ਆ ਗਿਆ, DSP ਸਾਹਿਬ ਵੀ ਆ ਗਏ ਨੇ ਅਤੇ ਪਤਾ ਲੱਗਿਆ ਭਾਰਤ ਕੈਂਪ ਦਾ ਹੀ ਇਹ ਲੜਕਾ ਹੈ। ਇਹਦਾ ਬ੍ਰਦਰ ਛੋਟਾ ਸੀ ਮੇਰਾ ਖਿਆਲ, ਉਹ ਬੱਸ ਸਟੈਂਡ ਦੇ ਬਾਥਰੂਮ ਦੇ ਵਿੱਚ ਹੀ ਕਿਸੇ ਦਿਨ ਥੋੜ੍ਹੇ ਦਿਨ ਪਹਿਲਾਂ ਹੀ ਉਹਦੀ ਡੈਥ ਹੋਈ ਸੀ, ਕਿਉਂਕਿ ਕਦੇ ਇੰਜੈਕਸ਼ਨ ਇੰਜੂਕਸ਼ਨ ਨਸ਼ੇ ਨੁਸ਼ੇ ਕਰਦਾ ਸੀਗਾ। ਇਹਦਾ ਭਰਾ ਹੋਵੇ ਇਹ ਵੀ ਮੇਰਾ ਕਹਿੰਦੇ ਨਿਸ਼ਚਿਤ, ਜਿੱਥੋਂ ਤੱਕ ਪਤਾ ਲੱਗਾ ਮੁਹੱਲੇ ਦੇ ਮੁੰਡਿਆਂ ਵੱਲੋਂ, ਇਹ ਵੀ ਨਸ਼ੇ ਕਰਦਾ ਸੀ, ਡੈਡੀ ਇਹਦਾ ਬਾਹਰ ਹੈ ਅਤੇ ਇਹਦਾ ਚਾਚੇ ਨੂੰ ਫੋਨ ਕੀਤਾ ਮੈਂ ਆ ਰਹੇ ਨੇ ਇੱਥੇ। ਮੌਤ ਦਾ ਕਾਰਨ ਕੀ ਲੱਗਾ ਜੀ? ਮੌਤ ਦੇ ਕਾਰਨ ਜਿੱਦਾਂ ਮੁਹੱਲੇ 'ਚ ਜਾਂ ਪਤਾ ਲੱਗਾ ਯਾਰ ਦੋਸਤਾਂ ਨੂੰ ਵੀ ਇਹ, ਮੈਂ ਕਿਹਾ ਇੰਜੈਕਸ਼ਨ ਇੰਜੂਕਸ਼ਨ ਨਸ਼ੇ ਵਾਲੇ ਟੀਕੇ ਟੂਕੇ ਲਾਉਂਦੇ ਸੀ। ਇਹ ਪਤਾ ਲੱਗਾ ਕਦੋਂ ਦੀ ਬੋਡੀ ਪਈ ਹੋਈ ਇੱਥੇ? ਇਹ ਮੇਰੇ ਖਿਆਲ 'ਚ ਪਰਸੋਂ ਚੌਥੇ ਤੱਕ ਵਾਲੀ ਹੈ, ਸ਼ਾਇਦ ਉਸ ਦਿਨ ਦੀ ਨਾ ਹੋਏ, ਦੋ ਦਿਨ ਲੱਗਾ, ਦੋ ਦਿਨ ਘੱਟੋ ਘੱਟ ਪੁਰਾਣੀ ਹੋਏ ਸੀ। ਕੀ ਨਾਮ ਹੈ ਸਰ ਆਪਣਾ? ਮੈਂ ਤਰਸੇਮ ਕੌਂਸਲਰ ਜੀ, ਵਾਰਡ ਨੰਬਰ 34 ਸੀਗਾ ਜੀ। ਇੱਕ ਪਲੋਟ ਡੈਡ ਬੋਡੀ ਪਈ ਹੈ, ਮੌਕੇ 'ਤੇ ਆ ਕੇ ਵੇਖਿਆ, ਡਿਪਸਰ ਮੌਕੇ 'ਤੇ ਆਏ ਸੀ, ਇਹ ਪਤਾ ਕੀਤਾ ਕੈਂਪ ਰਹਿਣ ਵਾਲਾ ਨਸ਼ਾ ਕਰਦਾ, ਪਰ ਕੋਲੋਂ ਕੁਛ ਇਹ ਚੀਜ਼ ਨਹੀਂ ਮਿਲੀ, ਫਿਰ ਵੀ ਪੋਸਟਮ ਕਰਾਉਂਦੇ ਹਾਂ। ਬੋਡੀ ਲੱਗਦਾ ਪਾਣੀ ਪਈ, ਦੋ ਤਿੰਨ ਦਿਨ ਪਾਣੀ ਪੀ ਲੱਗਦੀ ਹੈ, ਕੀੜੇ ਵਗੈਰਾ ਪਏ ਆ, ਬੋਡੀ ਗਲ ਗਈ ਹੈ, ਬੋਡੀ ਪੋਸਟਮ ਕਰਾਉਣ ਤੋਂ ਬਾਅਦ ਪਤਾ ਲੱਗਿਆ ਕੀ ਰੱਖੀ ਹੈ, ਉਸ ਤਰ੍ਹਾਂ ਪਾਣੀ ਪੀਤੀ। ਚੱਲ ਲੋਕਾਂ ਨੂੰ ਕਿੱਦਾਂ ਪਤਾ ਲੱਗਾ? ਕਿਸੇ ਨੇ ਦੇਖਿਆ ਪਿਸ਼ਾਬ ਕਰਨ ਗਿਆ ਜਵਾ, ਪਤਾ ਲੱਗਿਆ। ਪਹਿਚਾਣ ਹੋਈ ਹੈ ਜੀ? ਹਾਂਜੀ ਹੋ ਗਈ ਜੀ। ਕੀ ਨਾਮ ਹੈ ਸਰ, ਕਿੱਥੇ ਰਹਿਣ ਵਾਲਾ ਹੈ? ਬਿੱਲੀ ਬਿੱਲੀ ਹੈ, ਬਿੱਲੀ ਲੋਕ ਨੂੰ ਘਰੋਂ ਕਰਦੇ ਹੈ। ਕਿੰਨੀ ਉਮਰ ਹੈ ਸਰ ਇਹਦੀ? ਹੁਣ ਮੁੱਢਲੀ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਇਹ ਪਹਿਲਾਂ ਪੋਸਟਲ ਕਰਾਉਣੇ, ਪੋਸਟਲ ਕਰਾ ਕੇ ਚੌਕਸੀ ਕਰਾਂਗੇ, ਜੇ ਕੋਈ ਗੱਲ ਹੋਈ ਗੱਲ ਆਈ ਉਹ ਸਭ ਕਰ ਦਿੰਦੇ ਹਾਂ।